ਜ਼ਰੂਰੀ ਨਹੀਂ ਕਿ ਸਮਾਂ ਹਮੇਸ਼ਾ ਬੁਰਾ ਹੀ ਰਹਿੰਦਾ, ਇੱਕ ਦਿਨ ਚੰਗਾ ਵੀ ਆਉਂਦਾ ਹੈ ਕਿਉਂਕਿ ਰਾਤ ਤੋਂ ਬਾਅਦ ਹਮੇਸ਼ਾ ਦਿਨ ਸ਼ੁਰੂ ਹੁੰਦਾ ਹੈ ਜੋ ਕਿ ਹਨੇਰੇ ਦੀ ਥਾਂ ਸੂਰਜ ਦਾ ਉਜਾਲਾ ਲਿਆਉਂਦਾ ਹੈ। ਬਸ ਇਸੇ ਸੋਚ ਨੂੰ ਲੈ ਕੇ ਅੱਗੇ ਵਧੀ ਇੱਕ ਮਾਂ ਅਤੇ ਬੇਟੀ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਨੂੰ ਵੇਖ ਕੇ ਕਦੇ ਹਾਰ ਨਹੀਂ ਮੰਨੀ ਅਤੇ ਅੱਜ ਉਹ ਫੁਲਕਾਰੀ ਦਾ ਸਫਲ ਵਪਾਰ ਕਰ ਰਹੀਆਂ ਨੇ। ਇੰਨਾ ਹੀ ਨਹੀਂ ਬਲਕਿ ਕਈ ਔਰਤਾਂ ਨੂੰ ਆਤਮ ਨਿਰਭਰ ਬਣਾ ਕੇ ਰੁਜ਼ਗਾਰ ਵੀ ਦੇ ਰਹੀਆਂ ਨੇ। ਇਹ ਕਹਾਣੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਕਸਬਾ ਚਨਾਥਲ ਖੁਰਦ ਦੀ, ਜਿੱਥੇ ਸੁਨੀਤਾ ਸ਼ਰਮਾ ਅਤੇ ਉਸ ਦੀ ਬੇਟੀ ਬੇਅੰਤ ਸ਼ਰਮਾ ਸਿਲਾਈ ਕਢਾਈ ਦੇ ਨਾਲ ਨਾਲ ਖਾਣ ਪੀਣ ਦੀਆਂ ਕਈ ਚੀਜ਼ਾਂ ਬਣਾ ਕੇ ਮਾਰਕੀਟ ਵਿੱਚ ਵੇਚਦੀਆਂ ਨੇ। ਮਾਂ ਬੇਟੀ ਨੇ ਦੋਨੋਂ ਕੰਮਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਰੱਖਿਆ। ਸਿਲਾਈ ਕਢਾਈ ਦੇ ਕੰਮ ਨੂੰ ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਸੈਲਫ ਹੈਲਪ ਗਰੁੱਪ ਨਾਮ ਦਿੱਤਾ ਹੈ, ਜਦਕਿ ਖਾਣ ਦਾ ਸਮਾਨ ਬਣਾਉਣ ਵਾਲੇ ਗਰੁੱਪ ਦਾ ਨਾਮ ਉਹਨਾਂ ਨੇ ਦੇਵੀ ਅੰਨਪੂਰਨ ਗਰੁੱਪ ਰੱਖਿਆ ਹੋਇਆ। ਇਹਨਾਂ ਦੁਆਰਾ ਬਣਾਈਆਂ ਗਈਆਂ ਰੰਗ ਬਿਰੰਗੀਆਂ ਫੁਲਕਾਰੀਆਂ ਨੂੰ ਵੇਖ ਕੇ ਤੁਹਾਡੇ ਵੀ ਮਨ ਉਸ ਨੂੰ ਖਰੀਦਣੇ ਬਿਨਾਂ ਰਹਿ ਨਹੀਂ ਸਕਣਗੇ। ਪਰ ਇੱਥੋਂ ਤੱਕ ਪੁੱਜਣ ਲਈ ਮਾਂ ਤੋਂ ਲੈ ਕੇ ਬੇਟੀ ਨੂੰ ਬਹੁਤ ਸੰਘਰਸ਼ ਕਰਨਾ ਪਿਆ ਜੋ ਹੁਣ ਜਾ ਕੇ ਇਸ ਮੁਕਾਮ ਤੇ ਪਹੁੰਚਿਆ। ਦਰਅਸਲ 1997 ਵਿੱਚ ਜਦੋਂ ਸੁਨੀਤਾ ਸ਼ਰਮਾ ਦੇ ਪਤੀ ਦੀ ਅਚਾਨਕ ਮੌਤ ਹੋਈ ਤਾਂ ਉਸਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਆ ਟੁੱਟਿਆ, ਜਿਸ ਤੋਂ ਬਾਅਦ ਚਾਰ ਲੜਕੀਆਂ ਅਤੇ ਇੱਕ ਲੜਕੇ ਦੀ ਜ਼ਿੰਮੇਵਾਰੀ 10ਵੀਂ ਪਾਸ ਸੁਨੀਤਾ ਦੇ ਮੋਢਿਆਂ ਉੱਤੇ ਆ ਪਈ। ਆਰਥਿਕ ਸੰਕਟ ਦੇ ਚੱਲਦੇ ਪਰਿਵਾਰ ਕਾਫੀ ਮੁਸ਼ਕਲਾਂ ਵਿੱਚ ਘਿਰ ਗਿਆ, ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਪੜ੍ਹਾਈ ਉੱਤੇ ਪਿਆ। ਪਰ ਸੁਨੀਤਾ ਨੇ ਹਾਰ ਨਾ ਮੰਨੀ। ਬੱਚਿਆਂ ਨੂੰ ਪਾਲਣ ਪੋਸ਼ਣ ਅਤੇ ਪੜ੍ਹਾਉਣ ਦੇ ਲਈ ਉਹ ਲੋਕਾਂ ਦੇ ਘਰਾਂ ਵਿੱਚ ਛੋਟੇ ਮੋਟੇ ਕੰਮ ਕਰਨ ਲੱਗੀ। ਬਚਪਨ ਵਿੱਚ ਸਿੱਖਿਆ ਫੁਲਕਾਰੀ ਦਾ ਕੰਮ ਉਸ ਦੀ ਮੁਸ਼ਕਲ ਘੜੀ ਵਿੱਚ ਕੰਮ ਆਇਆ ਅਤੇ ਉਸਨੇ ਇਹ ਕੰਮ ਸ਼ੁਰੂ ਕਰ ਦਿੱਤਾ। ਸੁਨੀਤਾ ਨੂੰ ਬੇਸ਼ੱਕ ਆਂਗਨਵਾੜੀ ਵਿੱਚ ਖਾਣਾ ਬਣਾਉਣ ਦੇ ਲਈ ਹੈਲਪਰ ਵੀ ਰੱਖ ਲਿਆ, ਪਰ ਉਸਨੇ ਆਪਣੇ ਹੱਥ ਦਾ ਕੰਮ ਨਹੀਂ ਛੱਡਿਆ ਅਤੇ ਅੱਜ ਇਸ ਦੇ ਜ਼ਰੀਏ ਦੂਜੀਆਂ ਔਰਤਾਂ ਨੂੰ ਵੀ ਆਤਮ ਨਿਰਭਰ ਬਣਾ ਰਹੀ ਹੈ। 97 ਤੋਂ ਬਾਅਦ ਜਦੋਂ ਤੁਹਾਡੇ ਹਸਬੈਂਡ ਦੀ ਡੈਥ ਹੋਈ ਆ, ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਹਾਲਾਤ ਸੀ ਪਰਿਵਾਰ ਦੇ? ਕਿਸ ਤਰ੍ਹਾਂ ਗਰੀਬੀ ਸੀਗੀ, ਬਹੁਤ 0% ਜੀ। ਤੇ ਕਿੱਦਾਂ ਫਿਰ ਤੁਸੀਂ ਆਪਣੇ ਪਰਿਵਾਰ ਨੂੰ ਸਾਂਭਿਆ, ਕਿਵੇਂ ਚੱਲਿਆ? ਪਰਿਵਾਰ ਨੂੰ ਸਾਂਭਿਆ ਜੀ, ਪਿੰਡ 'ਚ ਜੀ ਮਾੜਾ ਮੋਟਾ ਇੱਧਰ ਉੱਧਰ ਘਰਾਂ 'ਚ ਕੰਮ ਕਰਨ ਲੱਗ ਗਏ ਜੀ, ਰੋਟੀ ਪਾਣੀ ਬਣਾਉਣ ਲੱਗ ਗਏ ਜੀ, ਫਿਰ ਆਹ ਫੁਲਕਾਰੀਆਂ ਦਾ ਕੰਮ ਤੋੜ ਲਿਆ ਜੀ, ਉਹ ਕੰਮ ਛੱਡਤਾ ਜੀ, ਫਿਰ ਮੈਂ ਆਂਗਨਵਾੜੀ 'ਚ ਹੈਲਪਰ ਰੱਖ ਲਈ ਇਹਨਾਂ ਨੇ, ਸਕੂਲ ਵਾਲਿਆਂ ਨੇ ਜੀ। ਪਹਿਲਾਂ ਅਸੀਂ ਖਾਣਾ ਬਣਾਉਂਦੇ ਤੇ ਜੀ, ਨਾਲ ਨਾਲ ਅਸੀਂ ਕੰਮ ਇਹ ਫੁਲਕਾਰੀ ਦਾ ਵੀ ਕਰਦੇ ਤੇ ਜੀ, ਜਿਹੜਾ ਮਿਡ ਡੇ ਮੀਲ ਦਾ ਕੰਮ ਹੋ ਰਿਹਾ ਜੀ, ਇਹ ਵੀ ਅਸੀਂ ਕਰਦੇ, ਸਾਡਾ ਸਾਰਾ ਪਰਿਵਾਰ ਜੀ, ਅਸੀਂ 3 ਮੈਂਬਰ ਸਕੂਲ ਦੇ ਵਿੱਚ ਕੰਮ ਕਰਦੇ ਸੀ। ਕਿੰਨੇ ਬੱਚੇ ਆ ਜੀ ਤੁਹਾਡੇ? 4 ਗੁੱਡੀਆਂ ਨੇ ਜੀ, ਇੱਕ ਬੇਟਾ ਹੈ। ਤੇ ਸਾਰੇ ਬੱਚੇ ਤੁਹਾਡੇ ਨਾਲ ਜੁੜੇ ਹੋਏ ਆ? ਹਾਂਜੀ ਹਾਂਜੀ। ਤੇ ਕੰਮ 'ਚ ਵੀ ਤੁਹਾਡਾ ਸਾਥ ਦਿੰਦੇ? ਹਾਂਜੀ, ਸਾਥ ਦਿੰਦੇ ਨੇ ਪੂਰਾ ਜੀ। ਤੇ ਕੋਈ ਟਾਈਮ ਸੀ ਜਦੋਂ ਤੁਸੀਂ ਬੜੇ ਮਾੜੇ ਟਾਈਮ 'ਚੋਂ ਗੁਜ਼ਰ ਰਹੇ ਸੀ, ਅੱਜ ਤੁਸੀਂ ਪਿੰਡ ਦੀਆਂ ਕਈ ਮਹਿਲਾਵਾਂ ਨੂੰ ਵੀ ਕੰਮ ਦੇ ਰਹੇ ਹੋ? ਹਾਂਜੀ, ਸਾਰੇ ਤਕਰੀਬਨ ਸਾਰੇ ਹੀ ਹੈ ਜੀ, ਜਿਹੜੇ ਨੇ ਨਹੀਂ ਕਰਨਾ ਉਸੇ ਨੇ ਨਹੀਂ ਕਰਨਾ, ਬਾਕੀ ਸਭ ਲੱਗੇ ਹੋਏ ਨੇ ਜੀ। ਸੁਨੀਤਾ ਨੂੰ ਸੂਬੇ ਵਿੱਚ ਕਈ ਥਾਵਾਂ ਉੱਤੇ ਮੇਲਿਆਂ 'ਚ ਆਪਣੀ ਕਲਾ ਵਿਖਾਉਣ ਦਾ ਮੌਕਾ ਵੀ ਮਿਲਿਆ। ਇਸ ਤੋਂ ਇਲਾਵਾ ਸੁਨੀਤਾ ਅਤੇ ਉਸਦੇ ਗਰੁੱਪ ਨੇ ਬਾਕੀ ਸਟੇਟਾਂ ਵਿੱਚ ਲੱਗਦੇ ਮੇਲਿਆਂ 'ਚ ਵੀ ਸ਼ਿਰਕਤ ਕੀਤੀ ਅਤੇ ਆਪਣੀ ਸਿਲਾਈ ਕਢਾਈ ਦਾ ਰੰਗ ਵਿਖਾਇਆ। ਫਿਰ ਹੌਲੀ ਹੌਲੀ ਸਾਨੂੰ ਇਹ ਯੂਨੀਵਰਸਿਟੀ ਲੁਧਿਆਣਾ ਪਤਾ ਲੱਗਾ ਵੀ ਉੱਥੇ ਇਹ ਮੇਲਾ ਗਰੁੱਪ ਬਣਾਉਂਦੇ ਨੇ, ਫਿਰ ਜੀ ਅਸੀਂ ਆਂਗਨਵਾੜੀ ਵਾਲਿਆਂ ਵੱਲੋਂ ਸਾਡਾ ਗਰੁੱਪ ਤਿਆਰ ਹੋ ਗਿਆ। ਆਪਣੀ ਮਾਂ ਨਾਲ ਹੱਥ ਵਟਾਉਣ ਵਾਲੀ ਬੇਟੀ ਬੇਅੰਤ ਨੇ ਦੱਸਿਆ ਕਿ ਉਸਦੇ ਪਿਤਾ ਦੇ ਇਸ ਦੁਨੀਆਂ ਤੋਂ ਚਲੇ ਜਾਣ ਬਾਅਦ ਉਸਦੀ ਮਾਂ ਨੇ ਦਿਨ ਰਾਤ ਕੰਮ ਕਰਕੇ ਉਸਨੂੰ ਅਤੇ ਉਸਦੇ ਭੈਣ ਭਰਾਵਾਂ ਨੂੰ ਪੜ੍ਹਾਇਆ ਲਿਖਾਇਆ ਅਤੇ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਤੇ ਉਹਨਾਂ ਦੀ ਹਰ ਖੁਆਇਸ਼ ਪੂਰੀ ਕੀਤੀ। ਜਿੱਦਾਂ ਤੁਸੀਂ ਕੰਮ ਵਿੱਚ ਪਏ ਹੋ, ਕੀ ਹਾਲਾਤ ਸੀਗੇ ਜਦੋਂ ਤੁਸੀਂ? ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗੀ, ਜਦੋਂ ਅਸੀਂ ਛੋਟੇ ਸੀ ਮੇਰੇ ਪਾਪਾ ਐਕਸਪਾਇਰ ਹੋਏ ਤੇ ਆਰਥਿਕ ਹਾਲਾਤ ਬਹੁਤ ਕਮਜ਼ੋਰ ਸੀ, ਪਰ ਮੇਰੀ ਮੰਮੀ ਨੇ ਚਾਹੇ ਲੋਕਾਂ ਦੇ ਘਰ ਕੰਮ ਕੀਤਾ ਜਿਵੇਂ ਮਰਜ਼ੀ, ਸਾਨੂੰ ਮਤਲਬ ਕਦੇ ਵੀ ਕਿਸੇ ਚੀਜ਼ ਦੀ ਤੰਗੀ ਨਹੀਂ ਆਉਣ ਦਿੱਤੀ, ਸਾਨੂੰ ਪੜ੍ਹਾਇਆ ਵੀ ਹੈ, ਮੇਰੇ ਭਰਾ ਨੂੰ ਵੀ, ਮੈਨੂੰ ਵੀ, ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਵੀ ਮਤਲਬ ਵਧੀਆ ਤਰੀਕੇ ਨਾਲ ਜਿੰਨਾ ਹੋ ਸਕਿਆ, ਮਤਲਬ ਕਮੀ ਜੇ ਆਪਣੇ 'ਚ ਹੋਵੇ ਤਾਂ ਕੁਛ ਕਹਿ ਨਹੀਂ ਸਕਦੇ, ਪਰ ਮਾਂ ਬਾਪ ਵੱਲੋਂ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ, ਸਾਡੀ ਛੋਟੀ ਤੋਂ ਛੋਟੀ ਖਾਹਿਸ਼ ਆ ਜਿਹੜੀ ਪੂਰੀ ਕੀਤੀ ਹੈ। ਬੇਅੰਤ ਨੇ ਦੱਸਿਆ ਕਿ ਆਪਣੀ ਮਾਂ ਨੂੰ ਕੰਮ ਕਰਦੇ ਵੇਖ ਉਹਨਾਂ ਨੇ ਵੀ ਕੰਮ ਸਿੱਖ ਲਿਆ ਅਤੇ 2017 ਵਿੱਚ ਦੋ ਗਰੁੱਪ ਬਣਾ ਲਏ। ਪਹਿਲਾ ਗਰੁੱਪ ਸ਼੍ਰੀ ਗੁਰੂ ਅਰਜਨ ਦੇਵ ਜੀ ਸੈਲਫ ਹੈਲਪ ਗਰੁੱਪ, ਜਿਸ ਵਿੱਚ ਸਿਲਾਈ ਕਢਾਈ ਦਾ ਕੰਮ ਕੀਤਾ ਜਾਂਦਾ ਹੈ, ਅਤੇ ਦੂਜਾ ਗਰੁੱਪ ਦੇਵੀ ਅੰਨਪੂਰਨ ਗਰੁੱਪ ਹੈ, ਜਿਸ ਵਿੱਚ ਖਾਣ ਪੀਣ ਦਾ ਸਮਾਨ ਬਣਾ ਕੇ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ। ਤੇ ਇਹ ਕੰਮ ਦੇ ਵਿੱਚ ਮੰਮੀ ਕੰਮ ਕਰਦੇ ਰਹੇ ਤੇ ਉਹਨਾਂ ਨੂੰ ਦੇਖ ਦੇਖ ਕੇ ਅਸੀਂ ਵੀ ਕੰਮ ਸਿੱਖਿਆ। ਉਸ ਤੋਂ ਬਾਅਦ 2017 ਤੋਂ ਅਸੀਂ ਇਸ ਬਿਜ਼ਨਸ ਦੇ ਵਿੱਚ ਆਈ ਹਾਂ ਮੈਂ, ਜਿਹਦੇ ਵਿੱਚ ਮੈਂ ਵੀ ਗਰੁੱਪ ਬਣਾਏ ਹਾਂ ਅਤੇ ਮੰਮੀ ਨੇ ਵੀ ਗਰੁੱਪ ਬਣਾਇਆ।
ਤੇ ਹੁਣ ਸਾਡੇ ਦੋ ਗਰੁੱਪ ਨੇ ਸ਼੍ਰੀ ਗੁਰੂ ਅਰਜਨ ਦੇਵ ਸੈਲਫ ਹੈਲਪ ਗਰੁੱਪ ਚਨਾਰ ਕੁੱਪੜ ਤੇ ਦੇਵੀ ਅੰਨਪੂਰਨਾ ਸੈਲਫ ਹੈਲਪ ਗਰੁੱਪ। ਜਿਹੜਾ ਗੁਰੂ ਅਰਜਨ ਦੇਵ ਸੈਲਫ ਹੈਲਪ ਗਰੁੱਪ ਹੈ ਜੀ, ਉਹ ਸਾਡਾ ਫੁਲਕਾਰੀ ਦਾ ਜਾਂ ਹੈਂਡੀਕ੍ਰਾਫਟ ਦਾ ਕਹਿ ਸਕਦੇ ਆਪਾਂ, ਉਹ ਕੰਮ ਕਰਦਾ ਜਿਹਦੇ ਵਿੱਚ ਅਸੀਂ ਦਰੀਆਂ ਬਣਾਉਣਾ, ਫੁਲਕਾਰੀ ਕਰਨਾ, ਕੋਟੀਆਂ ਸਵੈਟਰ ਜਾਂ ਹੋਰ ਡੈਕੋਰੇਸ਼ਨ ਆਈਟਮਸ ਨੇ ਜਿਹੜੀਆਂ ਉਹ ਬਣਾਉਂਦੇ ਹਾਂ। ਅਤੇ ਦੂਸਰੇ ਬਾਰੇ ਦੱਸਾਂ ਤਾਂ ਉਹਦੇ ਵਿੱਚ ਅਸੀਂ ਖਾਣ ਪੀਣ ਦੀਆਂ ਚੀਜ਼ਾਂ, ਅਚਾਰ, ਚਟਨੀ, ਮੁਰੱਬਾ ਇਹ, ਅਤੇ ਉਸ ਤੋਂ ਇਲਾਵਾ ਲਾਈਵ ਕੁਕਿੰਗ ਫੂਡ ਜਿਹਦੇ ਵਿੱਚ ਅਸੀਂ ਸਾਗ ਮੱਕੀ ਦੀ ਰੋਟੀ, ਕੜੀ ਚਾਵਲ, ਠੀਕ ਹੈ ਜੀ, ਮੇਰੇ ਪਕੌੜੇ ਮਿਕਸ ਵੈੱਜ ਦੇ, ਅਤੇ ਚੂਰਮਾ ਲੱਡੂ, ਮੂੰਗੀ ਦੀ ਦਾਲ ਦੇ ਲੱਡੂ, ਰਾਮ ਲੱਡੂ, ਇਹ ਕਾਫੀ ਫੇਮਸ ਨੇ। ਬੇਅੰਤ ਗ੍ਰੈਜੂਏਸ਼ਨ ਪਾਸ ਹੈ ਅਤੇ ਆਪਣੀ ਮਾਂ ਦੇ ਸਹਿਯੋਗ ਸਦਕਾ ਉਹ ਇਸ ਬਿਜ਼ਨਸ ਨੂੰ ਚਲਾ ਰਹੀ ਹੈ ਅਤੇ ਦੋਵਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਮੇਲਿਆਂ ਵਿੱਚ ਸ਼ਿਰਕਤ ਕਰਨ ਦਾ ਪੂਰਾ ਮੌਕਾ ਮਿਲਦਾ ਹੈ। ਮੇਲੇ ਨੇ ਜਿਹੜੇ ਪ੍ਰਾਈਵੇਟ ਮੇਲੇ ਨੇ ਜਾਂ ਕੋਆਪਰੇਟਿਵ ਦੇ ਨਿਵਾੜ ਵਾਲਿਆਂ ਦੇ, NRLM ਵਾਲਿਆਂ ਦੇ, ਜਿੰਨੇ ਵੀ ਮੇਲੇ ਲਾਉਂਦੇ ਨੇ ਚਾਹੇ ਛੋਟੇ ਹੋਣ ਚਾਹੇ ਵੱਡੇ, ਉਹਨਾਂ ਦੇ ਵਿੱਚ ਸਾਨੂੰ ਸ਼ਿਰਕਤ ਕਰਨ ਦਾ ਮੌਕਾ ਜ਼ਰੂਰ ਦਿੰਦੇ ਨੇ। ਕਿੰਨਾ ਕਿੰਨਾ ਪੜ੍ਹਿਆ ਤੁਸੀਂ? ਸਰ ਮੈਂ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ। ਤੇ ਜਿਹੜਾ ਇਹ ਕੰਮ ਚ ਕਿਹਦਾ ਕਿਹਦਾ ਤੁਹਾਨੂੰ ਸਹਿਯੋਗ ਮਿਲਦਾ ਹੈ? ਸਰ ਸਭ ਤੋਂ ਵੱਧ ਸਹਿਯੋਗ ਤਾਂ ਮੈਂ ਦੱਸਾਂਗੀ ਕਿ ਮੇਰੀ ਮੰਮੀ ਦਾ, ਕਿਉਂ ਜੇ ਕਿਤੇ ਇਸ ਕੰਮ ਦੇ ਵਿੱਚ ਕਈ ਵਾਰ ਮੁਨਾਫਾ ਵੀ ਹੁੰਦਾ ਤੇ ਕਈ ਵਾਰੀ ਲੌਸ ਵੀ ਹੁੰਦਾ, ਪਰ ਇਹਨਾਂ ਨੇ ਮਤਲਬ ਜੇ ਕਿਤੇ ਮੈਨੂੰ ਲੌਸ ਵੀ ਹੋਇਆ ਤਾਂ ਇਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਵੀ ਨਹੀਂ ਘਾਟਾ ਹੋਇਆ ਆਪਾਂ ਨੂੰ ਜਾਂ ਕੁਛ ਵੀ ਆਪਾਂ ਘਰ ਬੈਠਦੇ, ਨਹੀਂ, ਇਹਨਾਂ ਨੇ ਹਮੇਸ਼ਾ ਮੈਨੂੰ ਹਿੰਮਤ ਦਿੱਤੀ ਕੋਈ ਗੱਲ ਨਹੀਂ, ਅੱਜ ਨਹੀਂ ਪ੍ਰੋਫਿਟ ਹੋਇਆ ਤਾਂ ਕੱਲ੍ਹ ਹੋਏਗਾ, ਅਤੇ ਉਸਦੇ ਬਦੌਲਤ ਅੱਜ ਅਸੀਂ ਇੱਥੇ ਹਾਂ। ਮੁਸ਼ਕਲ ਸਮੇਂ ਵਿੱਚ ਸੁਨੀਤਾ ਨੇ ਇਹ ਕੰਮ ਇਕੱਲੀ ਨੇ ਸ਼ੁਰੂ ਕੀਤਾ ਸੀ, ਪਰ ਅੱਜ ਦੋਵਾਂ ਮਾਂ ਬੇਟੀਆਂ ਨਾਲ ਪੱਕੇ ਤੌਰ ਤੇ 20-25 ਔਰਤਾਂ ਕੰਮ ਕਰਦੀਆਂ ਨੇ, ਜਦਕਿ ਅਣਅਧਿਕਾਰਕ ਤੌਰ ਤੇ 70-80 ਔਰਤਾਂ ਇਹਨਾਂ ਨਾਲ ਜੁੜੀਆਂ ਹੋਈਆਂ ਨੇ ਜੋ ਕਿ ਇਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੀਆਂ ਨੇ। ਫੁਲਕਾਰੀ ਦਾ ਹੈ ਨਾ, ਕਾਫੀ ਮਹਿਲਾਵਾਂ ਵੀ ਜੁੜੀਆਂ ਹੋਈਆਂ, ਕਿੱਦਾਂ ਦਾ ਲੱਗਿਆ ਤੁਹਾਨੂੰ? ਕਿੰਨੀ ਦੇਰ ਤੋਂ ਤੁਸੀਂ ਇਹਨਾਂ ਨਾਲ ਜੁੜੇ ਹੋਏ ਹੋ? ਅਸੀਂ ਤਾਂ ਜੀ 2014 ਤੋਂ ਹੀ ਜੁੜੇ ਹੋਏ ਹਾਂ। ਵੈਸੇ ਕੰਮ ਬਹੁਤ ਵਧੀਆ ਇਹਨਾਂ ਦਾ ਕਰਿਆ ਹੋਇਆ, ਸਾਰੇ ਪਿੰਡ ਦੀਆਂ ਜਿਹੜੀਆਂ ਮਹਿਲਾ ਨੇ ਵੀ ਕੰਮ ਲੱਗੀਆਂ ਹੋਈਆਂ ਨੇ, ਵੀ ਪਸ਼ਮ ਵੀ ਵੇਚਦੇ ਹਾਂ, ਕੋਟੀਆਂ ਵੀ ਬੁਣਦੇ ਹਾਂ, ਸਾਰਾ ਕੁਛ ਅਸੀਂ ਇਹਨਾਂ ਦੇ ਨਾਲ ਕਰਾਉਂਦੇ ਹਾਂ। ਇਹਦੇ ਨਾਲ ਤਾਂ ਜੀ ਅਸੀਂ ਬਹੁਤ ਚਿਰ ਜੁੜੇ ਹੋਏ ਹਾਂ, 15 ਦੇ ਜੁੜੇ ਹੋਏ ਆ ਜੀ। ਹਾਂ, ਜੋ ਕੰਮ ਕਰਦੀ ਹੈ ਸਾਨੂੰ ਦੱਸ ਕੇ ਕਰਦੀ ਆ, ਅਸੀਂ ਵੀ ਇਹਦੇ ਨਾਲ ਹੀ ਨਾਲ ਹੈ, ਇਹ ਬਹੁਤ ਕੰਮ ਕਰਦੀ ਹੈ, ਸਾਰੀਆਂ ਹੀ ਅਸੀਂ ਕਿਸੇ ਨੂੰ ਸੱਦ ਲਵੇ ਸਭ ਇਹਦੇ ਆਉਣ ਨੂੰ ਤਿਆਰ ਆ, ਸਾਰੇ ਕੰਮ ਵੀ ਕਰਾਉਂਦੇ ਹਾਂ ਅਤੇ ਲੈ ਕੇ ਵੀ ਜਾਂਦੇ ਹਾਂ ਸਾਰਾ ਕੁਛ ਜੀ। ਹਾਂ, ਕੰਮ ਇਹ ਪਹਿਲਾਂ ਵੀ ਬਹੁਤ ਕਰਦੀ ਆ, ਇਹਦੀ ਨੇਚਰ ਬਹੁਤ ਚੰਗੀ ਆ, ਨੇਚਰ ਨਾਲ ਹੀ ਸਾਰਾ ਕੰਮ ਹੁੰਦਾ। ਜਦੋਂ ਟੁੱਟਣ ਲੱਗਣ ਹੌਸਲੇ ਤਾਂ ਬਸ ਯਾਦ ਰੱਖਣਾ, ਬਿਨਾਂ ਮਿਹਨਤ ਦੇ ਹਾਸਲ ਤਖ਼ਤ ਤਾਜ ਨਹੀਂ ਹੁੰਦੇ, ਲੱਭ ਹੀ ਲੈਂਦੇ ਨੇ ਹਨੇਰੇ ਵਿੱਚ ਮੰਜ਼ਿਲ ਆਪਣੀ, ਜੁਗਨੂ ਕਦੇ ਰੋਸ਼ਨੀ ਦੇ ਮੁਹਤਾਜ ਨਹੀਂ ਹੁੰਦੇ। ਕਿਸੇ ਸ਼ਾਇਰ ਦੇ ਇਹ ਬੋਲ ਸੁਨੀਤਾ ਅਤੇ ਉਸਦੀ ਬੇਟੀ ਬੇਅੰਤ ਸ਼ਰਮਾ ਉੱਤੇ ਬਿਲਕੁਲ ਸਹੀ ਬੈਠਦੇ ਨੇ, ਜੋ ਕਿ ਬਾਕੀ ਔਰਤਾਂ ਲਈ ਵੀ ਪ੍ਰੇਰਣਾਦਾਇਕ ਹੈ।